ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਡ੍ਰੀਮ ਪ੍ਰੋਜੈਕਟ ਵਾਲੀ ਸੜਕ ਸੁਰੱਖਿਆ ਫੋਰਸ ਸੜਕਾਂ ਉੱਤੇ ਜਿੱਥੇ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕਰ ਰਹੀ ਹੈ, ਉਸ ਦੇ ਨਾਲ ਨਾਲ ਇਨਸਾਨੀਅਤ ਦਾ ਫਰਜ਼ ਵੀ ਨਿਭਾ ਰਹੀ ਹੈ। ਦੱਸਦੇ ਕਿ ਖੰਨਾ ਵਿਖੇ ਸੜਕ ਸੁਰੱਖਿਆ ਫੋਰਸ ਨੇ ਅੰਮ੍ਰਿਤਸਰ ਤੋਂ ਲਾਪਤਾ ਹੋਏ ਇੱਕ ਵਿਅਕਤੀ ਨੂੰ ਉਸ ਦੇ ਪਰਿਵਾਰ ਦੇ ਨਾਲ ਮਿਲਾਇਆ। ਜਦੋਂ ਵਿਅਕਤੀ ਰਾਤ ਨੂੰ ਨੈਸ਼ਨਲ ਹਾਈਵੇ ਉੱਤੇ ਘੁੰਮ ਰਿਹਾ ਸੀ ਤਾਂ ਸੜਕ ਸੁਰੱਖਿਆ ਫੋਰਸ ਨੇ ਦੇਖਿਆ। ਇਸ ਦੌਰਾਨ ਇੱਕ ਮੁਲਾਜ਼ਮ ਨੇ ਦੇਖਿਆ ਕਿ ਇਹ ਵਿਅਕਤੀ ਗੁੰਮ ਹੈ, ਜਿਸ ਦੀ ਸੂਚਨਾ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਈ ਸੀ, ਜੋ ਮੁਲਾਜ਼ਮ ਨੇ ਕਿਸੇ ਸਮੇਂ ਦੇਖੀ ਸੀ। ਇਸ ਉਪਰੰਤ ਮੁਲਾਜ਼ਮ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਦੇ ਕੇ ਇਸ ਵਿਅਕਤੀ ਦੇ ਪਰਿਵਾਰ ਨੂੰ ਅੰਮ੍ਰਿਤਸਰ ਵਿਖੇ ਸੂਚਿਤ ਕੀਤਾ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਪਰਿਵਾਰ ਖੰਨਾ ਆਇਆ ਅਤੇ ਲਾਪਤਾ ਵਿਅਕਤੀ ਉਹਨਾਂ ਦੇ ਹਵਾਲੇ ਕੀਤਾ ਗਿਆ। ਪਰਿਵਾਰ ਨੇ ਸੜਕ ਸੁਰੱਖਿਆ ਫੋਰਸ ਅਤੇ ਸਰਕਾਰ ਦਾ ਧੰਨਵਾਦ ਕੀਤਾ। ਗੱਲ ਬਸ ਭਰਾ ਨਾ ਹੀ ਮੁੜ ਕੇ ਮੰਮੀ ਪਹਿਲਾਂ ਤਾਂ ਮੰਮੀ ਡੈਡੀ ਦੀ ਡੈਥ ਹੋਈ ਆ ਜੀ। ਅੱਛਾ। ਤੇ ਮੁੜ ਕੇ ਭਰਾ ਨਾ ਹੀ ਮੁੜ ਕੇ ਇੱਦਾਂ ਹੀ ਆ ਗਏ ਜੀ, ਗਲ ਗਲੀ ਮਾਰੀ 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 ਮੋਟੀ ਇੱਕ ਅੱਧੀ ਕੱਢ ਗਈ। ਅੱਛਾ। ਹੁਣ ਕਿੰਨਾ ਕੁ ਖੁਸ਼ ਹੋ ਜਿਹੜੀ ਐਸ ਐਸ ਐਫ ਨੇ ਤੁਹਾਨੂੰ ਘਰ ਵਾਪਸੀ ਤੁਹਾਡੀ ਕਰਵਾਈ ਆ? ਹੁਣ ਬਸ ਇੰਨਾ ਹੀ ਆ ਜੀ, ਬਸ ਪੂਰਾ ਖੁਸ਼ ਹੈ ਜੀ, ਘਰ ਹੀ ਚੱਲੇ ਹਾਂ ਵਾਪਸੀ। ਫਿਰ ਭਾਈ ਪਹਿਲਾਂ ਤਾਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਐਸ ਐਸ ਐਫ ਦਾ, ਜਿੰਨਾ ਮੇਰਾ ਵਿਚਾਰਾ ਭਰਾ ਮਿਲਾ ਤਾ। ਹਾਂਜੀ। ਅਤੇ ਸਰ ਇਹ ਮਾੜੀ ਜਿਹੀ ਗੱਲ ਕੋਈ ਨਹੀਂ, ਬਸ ਮਾੜਾ ਜਿਹਾ ਦੌਕਾ ਮਾਰਿਆ ਇਹਨੂੰ, ਇਸੇ ਗੱਲੋਂ ਮਾੜਾ ਜਿਹਾ ਚੱਲ ਗਿਆ, ਕੁਛ ਵੀ ਨਹੀਂ ਗੱਲ ਕੋਈ ਨਹੀਂ ਇਹੋ ਜਿਹੀ ਹੈਗੀ। ਅਤੇ ਪਤਾ ਨਹੀਂ ਲੱਗਾ ਸਾਨੂੰ ਤਾਂ ਰਾਤੀ 12:30 ਐਸ ਐਫ ਸਟਾਫ ਵੱਲੋਂ ਫੋਨ ਆਇਆ ਕਿ ਤੁਹਾਡਾ ਕੋਈ ਬ੍ਰਦਰ ਗਵਾਚਾ ਆ, ਉੱਥੋਂ ਬੋਲਦੇ ਤੁਸੀਂ। ਇਹਨਾਂ ਫੇਸਬੁੱਕ ਤੋਂ ਮੇਰਾ ਨੰਬਰ ਕੱਢਿਆ, ਫੋਟੋ ਦੇ ਨਾਲ ਨੰਬਰ ਪਾਇਆ ਫੇਸਬੁੱਕ 'ਤੇ, ਪਾਈ ਸੀ ਫੋਟੋ ਮੈਂ। ਇਹਨਾਂ ਮੈਨੂੰ ਕਾਲ ਕੀਤੀ ਅਤੇ ਮੈਂ ਹਾਂਜੀ ਹਾਂਜੀ ਇਹਦਾ ਨਾਮ ਪੁੱਛਿਆ, ਐਡਰੈਸ ਪੁੱਛਿਆ ਅਤੇ ਦੱਸਿਆ, ਫਿਰ ਮੈਂ ਹਾਂਜੀ ਇਹੋ ਹੀ ਹੈ ਜੀ। ਹਾਂਜੀ। ਅਤੇ ਕੋਈ ਪੋਸਟ ਤੁਸੀਂ ਗੁੰਮਸ਼ੁਦਾ ਦੀ ਪਾਈ ਸੀ, ਕਦੋਂ ਦਾ ਹੋਇਆ ਸੀਗਾ ਜੀ? ਇਹ 12 ਫਰਵਰੀ ਦਾ ਹੈ। ਅੱਛਾ। ਹਾਂਜੀ, ਗੁੰਮਸ਼ੁਦਾ ਦੀ ਪੋਸਟ ਪਾਈ ਸੀ। ਉਸ ਮੁਲਾਜ਼ਮਾਂ ਨੇ ਜਿਹੜੇ ਹੈਗੇ ਐਸ ਐਸ ਐਫ ਵਾਲੇ ਨੇ, ਹਾਂਜੀ ਦੇਖੀ? ਹਾਂਜੀ, ਇਹਨਾਂ ਫੋਟੋ ਦੇਖੀ ਅਤੇ ਨਾਲੇ ਇਹਨਾਂ ਨੂੰ ਰਸਤੇ 'ਚ ਵੇਖਿਆ ਨਾ। ਅੱਛਾ। ਤਾਂ ਉਹਨਾਂ ਫਿਰ ਫੋਟੋ ਵੇਖੀ ਫੇਸਬੁੱਕ 'ਤੇ, ਅਤੇ ਇਹਨਾਂ ਉਹ ਫੋਟੋ ਫੇਸਬੁੱਕ ਤੋਂ ਫੋਟੋ ਦਾ ਨੰਬਰ ਚੁੱਕਿਆ ਅਤੇ ਮੈਨੂੰ ਕਾਲ ਕੀਤੀ ਨਾ ਉਸੇ ਵੇਲੇ, ਅਤੇ ਮੈਂ ਕਾਲ ਚੁੱਕ ਕੇ ਦੱਸਿਆ ਵੀ ਤੁਹਾਡਾ ਬ੍ਰਦਰ, ਮੈਂ ਹਾਂਜੀ ਹਾਂਜੀ ਇਹਦਾ ਕਰਕੇ ਸਾਰੀ ਗੱਲ ਹੋਈ ਆ। ਰਾਤ 11:30 ਤੋਂ ਲੈ ਕੇ 12:30 ਤੱਕ ਇਹ ਗੱਲ ਹੁੰਦੀ ਰਹੀ ਆ ਵੀ ਸੱਚੀ ਤੁਹਾਡਾ ਬ੍ਰਦਰ ਕਿੱਥੇ ਗਿਆ ਸੀ, ਕੀ ਹਿਸਾਬ ਤਾਂ ਆ ਗਿਆ ਜੀ। ਅਤੇ ਜਿੱਦਾਂ ਕਿ ਜਿਹੜੀ ਐਸ ਐਸ ਐਫ ਜਿਹੜੀ ਹੈਗੀ ਆ, ਫੋਰਸ ਹੈਗੀ ਆ, ਹਾਂਜੀ, ਸੜਕ ਸੁਰੱਖਿਆ ਨਹੀਂ ਬਣੀ ਹੈ, ਲੇਕਿਨ ਇੱਦਾਂ ਦਾ ਇੱਕ ਇਨਸਾਨੀਅਤ ਦੀ ਮਿਸਾਲ ਵੀ ਪੈਦਾ ਉਹਨਾਂ ਵੱਲੋਂ ਕੀਤੀ ਗਈ ਹੈ ਕਿ ਤੁਹਾਡੇ ਵਿਛੜੇ ਭਰਾ ਨੂੰ ਦੁਬਾਰਾ ਮਿਲਾਇਆ ਅਤੇ ਕੀ? ਮਹਾਰਾਜ ਇਹ ਵਰਦਾਨ ਤੋਂ ਵੱਧ ਕੇ ਕੀ ਆ ਜਿਹਨਾਂ ਸਾਨੂੰ ਵਿਛੜਿਆ ਭਰਾ ਮਿਲਾਤਾ? ਇਹਦੇ ਸੁਰੱਖਿਆ ਸੁਰੱਖਿਆ ਵਾਸਤੇ ਹੈਗੀ ਆ, ਬਾਕੀ ਜਿਹੜੇ ਵਿਛੜਿਆ ਮਿਲਾਉਂਦੀ ਉਹ ਸਾਰਿਆਂ ਨੂੰ ਵਧੀਆ ਗੱਲ ਹੈ। ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ, ਐਸ ਐਫ ਨੇ, ਅਤੇ ਸੀ ਐਮ ਸੋ ਦਾ ਬਹੁਤ ਧੰਨਵਾਦ ਆ ਜਿਹੜੇ ਗੱਡੀਆਂ ਚਲਾ ਕੇ ਵਿਛੜਿਆ ਮਿਲਾਉਂਦੀ ਆ, ਅਤੇ ਜਿਹੜੇ ਕੋਈ ਨੁਕਸਾਨ ਹੁੰਦਾ ਕਿਸੇ ਦਾ ਉਹ ਵੀ ਪੂਰਾ ਕਰਦੀ ਆ, ਮਤਲਬ ਕਿ ਨੁਕਸਾਨ ਨਹੀਂ ਹੁੰਦੀ ਕਿਸੇ ਦਾ ਵੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਡ੍ਰੀਮ ਪ੍ਰੋਜੈਕਟ ਵਾਲੀ ਸੜਕ ਸੁਰੱਖਿਆ ਫੋਰਸ ਸੜਕਾਂ ਉੱਤੇ ਜਿੱਥੇ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕਰ ਰਹੀ ਹੈ, ਉਸ ਦੇ ਨਾਲ ਨਾਲ ਇਨਸਾਨੀਅਤ ਦਾ ਫਰਜ਼ ਵੀ ਨਿਭਾ ਰਹੀ ਹੈ। ਦੱਸਦੇ ਕਿ ਖੰਨਾ ਵਿਖੇ ਸੜਕ ਸੁਰੱਖਿਆ ਫੋਰਸ ਨੇ ਅੰਮ੍ਰਿਤਸਰ ਤੋਂ ਲਾਪਤਾ ਹੋਏ ਇੱਕ ਵਿਅਕਤੀ ਨੂੰ ਉਸ ਦੇ ਪਰਿਵਾਰ ਦੇ ਨਾਲ ਮਿਲਾਇਆ। ਜਦੋਂ ਵਿਅਕਤੀ ਰਾਤ ਨੂੰ ਨੈਸ਼ਨਲ ਹਾਈਵੇ ਉੱਤੇ ਘੁੰਮ ਰਿਹਾ ਸੀ ਤਾਂ ਸੜਕ ਸੁਰੱਖਿਆ ਫੋਰਸ ਨੇ ਦੇਖਿਆ। ਇਸ ਦੌਰਾਨ ਇੱਕ ਮੁਲਾਜ਼ਮ ਨੇ ਦੇਖਿਆ ਕਿ ਇਹ ਵਿਅਕਤੀ ਗੁੰਮ ਹੈ, ਜਿਸ ਦੀ ਸੂਚਨਾ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਈ ਸੀ, ਜੋ ਮੁਲਾਜ਼ਮ ਨੇ ਕਿਸੇ ਸਮੇਂ ਦੇਖੀ ਸੀ। ਇਸ ਉਪਰੰਤ ਮੁਲਾਜ਼ਮ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਦੇ ਕੇ ਇਸ ਵਿਅਕਤੀ ਦੇ ਪਰਿਵਾਰ ਨੂੰ ਅੰਮ੍ਰਿਤਸਰ ਵਿਖੇ ਸੂਚਿਤ ਕੀਤਾ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਪਰਿਵਾਰ ਖੰਨਾ ਆਇਆ ਅਤੇ ਲਾਪਤਾ ਵਿਅਕਤੀ ਉਹਨਾਂ ਦੇ ਹਵਾਲੇ ਕੀਤਾ ਗਿਆ। ਪਰਿਵਾਰ ਨੇ ਸੜਕ ਸੁਰੱਖਿਆ ਫੋਰਸ ਅਤੇ ਸਰਕਾਰ ਦਾ ਧੰਨਵਾਦ ਕੀਤਾ। ਗੱਲ ਬਸ ਭਰਾ ਨਾ ਹੀ ਮੁੜ ਕੇ ਮੰਮੀ ਪਹਿਲਾਂ ਤਾਂ ਮੰਮੀ ਡੈਡੀ ਦੀ ਡੈਥ ਹੋਈ ਆ ਜੀ। ਅੱਛਾ। ਤੇ ਮੁੜ ਕੇ
ਭਰਾ ਨਾ ਮੁੜ ਕੇ ਇੱਦਾਂ ਹੀ ਆ ਗਏ ਜੀ ਗਲ ਗਲੀ ਮਾਰੀ 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 ਮੋਟੀ ਇੱਕ ਅੱਧੀ ਕੱਢ ਗਈ। ਅੱਛਾ, ਹੁਣ ਕਿੰਨਾ ਕੁ ਖੁਸ਼ ਹੋ ਜਿਹੜੀ ਐਸ ਐਸ ਐਫ ਨੇ ਤੁਹਾਨੂੰ ਘਰ ਵਾਪਸੀ ਤੁਹਾਡੀ ਕਰਵਾਈ ਹੈ? ਹੁਣ ਬਸ ਇੰਨਾ ਹੀ ਹੈ ਜੀ, ਬਸ ਪੂਰਾ ਖੁਸ਼ ਹੈ ਜੀ, ਘਰ ਹੀ ਚੱਲੇ ਹਾਂ ਵਾਪਸੀ। ਫਿਰ ਭਾਈ ਪਹਿਲਾਂ ਤਾਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਐਸ ਐਸ ਐਫ ਦਾ ਜਿਹਨਾਂ ਮੇਰਾ ਵਿਚਾਰਾ ਭਰਾ ਮਿਲਾ ਤਾ। ਹਾਂਜੀ, ਅਤੇ ਸਰ ਇਹ ਮਾੜੀ ਜਿਹੀ ਗੱਲ ਕੋਈ ਨਹੀਂ, ਬਸ ਮਾੜਾ ਜਿਹਾ ਦੌਕਾ ਮਾਰਿਆ ਇਹਨੂੰ, ਇਸੇ ਗੱਲੋਂ ਮਾੜਾ ਜਿਹਾ ਚੱਲ ਗਿਆ, ਕੁਛ ਵੀ ਨਹੀਂ ਗੱਲ ਕੋਈ ਨਹੀਂ ਇਹੋ ਜਿਹੀ ਹੈਗੀ। ਅਤੇ ਪਤਾ ਲੱਗਾ ਸਾਨੂੰ ਤਾਂ ਰਾਤੀ 12:30 ਐਸ ਐਫ ਸਟਾਫ ਵੱਲੋਂ ਫੋਨ ਆਇਆ ਕਿ ਤੁਹਾਡਾ ਕੋਈ ਬ੍ਰਦਰ ਗਵਾਚਾ ਆ, ਉੱਥੋਂ ਬੋਲਦੇ ਤੁਸੀਂ। ਇਹਨਾਂ ਫੇਸਬੁੱਕ ਤੋਂ ਮੇਰਾ ਨੰਬਰ ਕੱਢਿਆ, ਫੋਟੋ ਦੇ ਨਾਲ ਨੰਬਰ ਪਾਇਆ ਫੇਸਬੁੱਕ 'ਤੇ, ਪਾਈ ਸੀ ਫੋਟੋ ਮੈਂ। ਇਹਨਾਂ ਮੈਨੂੰ ਕਾਲ ਕੀਤੀ ਅਤੇ ਮੈਂ ਹਾਂਜੀ ਹਾਂਜੀ ਦਾ ਨਾਮ ਪੁੱਛਿਆ, ਐਡਰੈਸ ਪੁੱਛਿਆ ਅਤੇ ਦੱਸਿਆ, ਫਿਰ ਮੈਂ ਹਾਂਜੀ ਇਹੋ ਹੀ ਹੈ ਜੀ। ਹਾਂਜੀ, ਅਤੇ ਕੋਈ ਪੋਸਟ ਤੁਸੀਂ ਗੁੰਮਸ਼ੁਦਾ ਦੀ ਪਾਈ ਸੀ, ਕਦੋਂ ਦਾ ਹੋਇਆ ਸੀਗਾ ਜੀ? ਇਹ 12 ਫਰਵਰੀ ਦਾ ਹੋਇਆ। ਅੱਛਾ, ਹਾਂਜੀ, ਗੁੰਮਸ਼ੁਦਾ ਦੀ ਪੋਸਟ ਪਾਈ ਸੀ ਮੈਂ। ਪੁਲਿਸ ਮੁਲਾਜ਼ਮਾਂ ਨੇ ਜਿਹੜੇ ਹੈਗੇ ਐਸ ਐਸ ਐਫ ਵਾਲੇ ਨੇ, ਹਾਂਜੀ ਦੇਖੀ? ਹਾਂਜੀ, ਇਹਨਾਂ ਫੋਟੋ ਦੇਖੀ ਅਤੇ ਨਾਲੇ ਇਹਨਾਂ ਨੂੰ ਰਸਤੇ 'ਚ ਵੇਖਿਆ ਨਾ, ਤਾਂ ਉਹਨਾਂ ਫਿਰ ਫੋਟੋ ਵੇਖੀ ਫੇਸਬੁੱਕ 'ਤੇ, ਅਤੇ ਇਹਨਾਂ ਉਹ ਫੋਟੋ ਫੇਸਬੁੱਕ ਤੋਂ ਫੋਟੋ ਦਾ ਨੰਬਰ ਚੁੱਕਿਆ ਅਤੇ ਮੈਨੂੰ ਕਾਲ ਕੀਤੀ ਨਾ ਉਸੇ ਵੇਲੇ, ਅਤੇ ਮੈਂ ਕਾਲ ਚੁੱਕ ਕੇ ਦੱਸਿਆ ਵੀ ਤੁਹਾਡਾ ਬ੍ਰਦਰ, ਮੈਂ ਹਾਂਜੀ ਹਾਂਜੀ ਇਹਦਾ ਕਰਕੇ ਸਾਰੀ ਗੱਲ ਹੋਈ ਆ। ਰਾਤ 11:30 ਤੋਂ ਲੈ ਕੇ 12:30 ਤੱਕ ਇਹ ਗੱਲ ਹੁੰਦੀ ਰਹੀ ਆ ਵੀ ਸੱਚੀ ਤੁਹਾਡਾ ਬ੍ਰਦਰ ਕਿੱਥੇ ਗਿਆ ਸੀ, ਕੀ ਹਿਸਾਬ ਕਿਤਾਬ ਹੈ ਜੀ। ਅਤੇ ਜਿੱਦਾਂ ਕਿ ਜਿਹੜੀ ਐਸ ਐਸ ਐਫ ਜਿਹੜੀ ਹੈਗੀ ਆ, ਫੋਰਸ ਹੈਗੀ ਆ, ਹਾਂਜੀ, ਸੜਕ ਸੁਰੱਖਿਆ ਨਹੀਂ ਬਣੀ ਹੈ, ਲੇਕਿਨ ਇੱਦਾਂ ਦਾ ਇੱਕ ਸਾਹਿਤ ਦੀ ਮਿਸਾਲ ਵੀ ਪੈਦਾ ਉਹਨਾਂ ਵੱਲੋਂ ਕੀਤੀ ਗਈ ਹੈ ਕਿ ਤੁਹਾਡੇ ਵਿਛੜੇ ਭਰਾ ਨੂੰ ਦੁਬਾਰਾ ਮਿਲਾਇਆ, ਅਤੇ ਕੀ ਮਹਾਰਾਜ ਇਹ ਵਰਦਾਨ ਤੋਂ ਵੱਧ ਕੇ ਕੀ ਆ ਜਿਹਨਾਂ ਸਾਨੂੰ ਵਿਛੜਿਆ ਭਰਾ ਮਿਲਾਤਾ? ਇਹਦੇ ਸੁਰੱਖਿਆ ਸੁਰੱਖਿਆ ਵਾਸਤੇ ਹੈਗੀ ਹੈਗੀ ਆ, ਬਾਕੀ ਜਿਹੜੇ ਵਿਛੜਾ ਮਿਲਾਉਂਦੀ ਉਹ ਸਾਰਿਆਂ ਨੂੰ ਵਧੀਆ ਗੱਲ ਹੈ। ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ, ਉਹ ਸੋਰੀ ਐਸ ਐਫ ਨੇ, ਅਤੇ ਸੀ ਐਮ ਐਸ ਦਾ ਬਹੁਤ ਧੰਨਵਾਦ ਹੈ ਜਿਹੜੇ ਗੱਡੀਆਂ ਚਲਾ ਕੇ ਵਿਛੜਿਆ ਮਿਲਾਉਂਦੀ ਆ, ਅਤੇ ਜਿਹੜੇ ਕੋਈ ਨੁਕਸਾਨ ਹੁੰਦਾ ਕਿਸੇ ਦਾ ਉਹ ਵੀ ਪੂਰਾ ਕਰਦੀ ਆ, ਮਤਲਬ ਕਿ ਨੁਕਸਾਨ ਨਹੀਂ ਹੋ ਦਿੰਦੀ ਕਿਸੇ ਦਾ ਵੀ।